subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਾਂ ਮਨਦੀਪ ਕੌਰ ਟਾਂਗਰਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਰਾ ਸ਼ੋ। ਅੱਜ ਮੇਰੇ ਨਾਲ ਮੌਜੂਦ ਨੇ ਸੁਮੀਤ ਕੌਰ। ਅੱਜ ਅਸੀਂ ਗੱਲ ਕਰਾਂਗੇ ਬੈਂਕਿੰਗ ਸੈਕਟਰ ਦੀ ਕਿ ਕਿਵੇਂ ਤੁਸੀਂ ਇੱਕ ਸਕਸੈਸਫੁਲ ਬ੍ਰਾਂਚ ਹੈੱਡ ਬਣ ਸਕਦੇ ਹੋ ਅਤੇ ਉਸ ਤੋਂ ਅੱਗੇ ਵੀ ਜਾ ਸਕਦੇ ਹੋ। ਸੋ ਬਹੁਤ ਹੀ ਇੱਕ ਯੂਨੀਕ ਕੋਨਸੈਪਟ ਲੈ ਕੇ ਆਏ ਨੇ ਇੰਸਟੀਟਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ ਕਿ ਤੁਸੀਂ ਹੁਣ ਇੱਕ ਔਰਗਨਾਈਜ਼ਡ ਵੇ ਨਾਲ ਕਿਤੇ ਵੀ ਬੈਠ ਕੇ ਬੈਂਕਿੰਗ ਦੀ ਤਿਆਰੀ ਕਰ ਸਕਦੇ ਹੋ। ਬੈਂਕਿੰਗ 'ਚ ਡਿਫਰੈਂਟ ਤਰ੍ਹਾਂ ਦੀ ਜਿਹੜੀਆਂ ਜੋਬਸ ਹੁੰਦੀਆਂ ਉਹਦੀ ਤਿਆਰੀ ਕਰ ਸਕਦੇ ਹੋ ਅਤੇ ਆਲਮੋਸਟ 100% ਪਲੇਸ ਜਿਹੜੇ ਤੁਸੀਂ ਹੋ ਸਕਦੇ ਹੋ। ਦਿਸ ਇਜ਼ ਸਮਥਿੰਗ ਵਿਚ ਵੀ ਆਰ ਗੋਇੰਗ ਟੂ ਟੋਕ ਅਬਾਊਟ। ਸੋ ਸਭ ਤੋਂ ਪਹਿਲਾਂ ਮੈਮ, ਵੈਲਕਮ ਟੂ ਦ ਸ਼ੋ। ਥੈਂਕ ਯੂ ਸੋ ਮੱਚ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਐਂਡ ਯੈਸ, ਵੈਰੀ ਹੈਪੀ ਕਿ ਅੱਜ ਇੱਥੇ ਮਨਦੀਪ ਟਾਂਗਰਾ ਸ਼ੋਅ 'ਤੇ ਮੈਨੂੰ ਮੌਕਾ ਮਿਲ ਰਿਹਾ ਆਉਣ ਦਾ, ਮੈਮ ਨਾਲ ਗੱਲ ਕਰਨ ਦਾ। ਐਂਡ ਡੈਫੀਨੇਟਲੀ ਇੰਸਟੀਟਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ ਨੂੰ ਜਿੱਥੇ ਮੈਂ ਬਿਲੋਂਗ ਕਰਦੀ ਹਾਂ, ਜਿੱਥੇ ਮੈਂ ਕੰਮ ਕਰਦੀ ਹਾਂ, ਵੀ ਆਰ ਡੈਫੀਨੇਟਲੀ ਡੂਇੰਗ ਗੁੱਡ ਵਰਕ। ਕਿਉਂਕਿ ਮੇਨ ਚੀਜ਼ ਜਾਂ ਮੇਨ ਦਿੱਕਤ ਨੇਸ਼ਨ ਐਜ ਅ ਹੋਲ ਵੀ ਹੈਵ ਇਜ਼ ਅਨਇੰਪਲੋਇਮੈਂਟ। ਬਹੁਤ ਸਾਰੇ ਡਿਬੇਟਸ, ਡਿਕਲਾਮੇਸ਼ਨਸ ਵੀ ਸੀ ਐਂਡ ਟੋਪਿਕ ਹੈ ਜਿਹੜਾ ਅਨਇੰਪਲੋਇਮੈਂਟ ਦਾ ਮੈਕਸੀਮਮ ਹਾਈਲਾਈਟ ਹੋ ਜਾਂਦਾ ਜਦੋਂ ਵੀ ਆਰ ਇਨ ਟੂ ਵੋਟਿੰਗ ਸੀਜ਼ਨ ਜਾਂ ਵੀ ਆਰ ਇਨ ਟੂ ਇਲੈਕਸ਼ਨ ਸੀਜ਼ਨ। ਸੋ ਉਹਦੇ 'ਤੇ ਜੇ ਕੋਈ ਅਸੀਂ ਗਰਾਊਂਡ ਲੈਵਲ 'ਤੇ ਕੰਮ ਕਰ ਰਹੇ ਹਾਂ, ਡੈਫੀਨੇਟਲੀ ਇਟ ਇਜ਼ ਅ ਸੋਲ ਸੈਟਿਸਫੈਕਸ਼ਨ ਅਤੇ ਆਪਣੇ ਆਪ 'ਚ ਖੁਸ਼ੀ ਦੀ ਗੱਲ ਹੈ ਕਿ ਕੁਛ ਤਾਂ ਅਸੀਂ ਵਾਪਸ ਦੇ ਪਾ ਰਹੇ ਹਾਂ ਇਨ ਵਨ ਔਰ ਅਨਦਰ ਵੇ, ਐਂਡ ਐਕਚੁਲੀ ਵੀ ਆਰ ਸੋਲਵਿੰਗ ਅ ਪ੍ਰੋਬਲਮ ਆਫ ਅਨਇੰਪਲੋਇਮੈਂਟ। ਗ੍ਰੇਟ। ਸੋ ਜਿਵੇਂ ਮੈਮ ਨੇ ਦੱਸਿਆ ਕਿ ਹਮੇਸ਼ਾ ਹੀ ਅਸੀਂ ਬੇਰੁਜ਼ਗਾਰੀ ਦੀ ਗੱਲ ਕਰ ਰਹੇ ਹਾਂ, ਹਮੇਸ਼ਾ ਅਸੀਂ ਕਹਿੰਦੇ ਕਿ ਪੰਜਾਬ 'ਚ ਚੰਗੀਆਂ ਜੋਬਸ ਨਹੀਂ ਆ, ਅਤੇ ਅਕਸਰ ਇਹ ਵੀ ਸ਼ਿਕਾਇਤ ਰਹਿੰਦੀ ਹੈ ਕੰਪਨੀਜ਼ ਨੂੰ ਕਿ ਪ੍ਰੋਪਰ ਸਕਿੱਲ ਨਹੀਂ ਹੈਗਾ, ਪ੍ਰੋਪਰ ਸਕਿੱਲ ਨਹੀਂ ਹੈਗਾ ਅਤੇ ਉੱਪਰ ਜੋਬਸ ਹੈਗੀਆਂ ਨੇ। ਚਲੋ, ਇਹ ਬਹੁਤ ਵੱਡਾ ਇੱਕ ਗੈਪ ਆ, ਇਸੇ ਗੈਪ ਨੂੰ ਕੰਪਲੀਟ ਕਰਦਾ ਹੈ ਇੰਸਟੀਟਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ, ਜੋ ਕਿ ਆਪਣੇ ਹੀ ਤਰ੍ਹਾਂ ਦਾ ਇੱਕ ਔਰਗਨਾਈਜੇਸ਼ਨ ਆ, ਆਪਣੇ ਹੀ ਤਰ੍ਹਾਂ ਦਾ ਇੱਕ ਬਿਜ਼ਨਸ ਆ, ਆਪਣੇ ਹੀ ਤਰ੍ਹਾਂ ਦਾ ਇੱਕ ਇੰਸਟੀਟਿਊਟ ਆ ਕਿ ਜਿੱਥੇ ਹੁਣ ਅਸੀਂ ਸੋਚ ਸਕਦੇ ਹਾਂ ਕਿ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਅਸੀਂ ਉੱਥੇ ਟ੍ਰੇਨਿੰਗ ਲਈਏ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਜਿਹੜਾ ਉਹ ਬੈਂਕਿੰਗ ਸੈਕਟਰ ਵਿੱਚ ਅਪਲਾਈ ਕਰੀਏ ਅਤੇ ਉੱਥੇ ਅਸੀਂ ਜਿਹੜਾ ਪਲੇਸ ਹੋਈਏ। ਸੋ ਮੈਨੂੰ ਇਹਨਾਂ ਦਾ ਕੋਨਸੈਪਟ ਜਿਹੜਾ ਉਹ ਬਹੁਤ ਜ਼ਿਆਦਾ ਅਟਰੈਕਟਿਵ ਲੱਗਾ। ਮੈਨੂੰ ਲੱਗਾ ਕਿ ਵਾਕਈ ਜਿਹੜੇ ਪੜ੍ਹਿਆ ਲਿਖਿਆ ਯੂਥ ਆ, ਆਪਣੇ ਆਪਣੇ ਘਰ ਬੈਠਾ, ਜਿਹੜੇ ਸੋਚਦੇ ਕਿ ਮੈਂ ਕੀ ਜੋਬ ਕਰਾਂ, ਉਹਨਾਂ ਲਈ ਇਹ ਲਾਈਫ ਚੇਂਜਿੰਗ ਜਿਹੜੀ ਆ ਉਹ ਇੰਟਰਵਿਊ ਸਾਬਿਤ ਹੋ ਸਕਦੀ ਹੈ। ਸਭ ਤੋਂ ਪਹਿਲਾਂ ਮੈਂ ਮੈਮ ਬਾਰੇ ਥੋੜ੍ਹਾ ਹੋਰ ਦੱਸਣਾ ਚਾਹੁੰਦੀ ਕਿ ਮੈਮ ਜਿਹੜੇ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ, ਸੇਲਸ ਐਂਡ ਮਾਰਕੀਟਿੰਗ ਦੇਖਦੇ ਨੇ, ਓਵਰਆਲ ਪੂਰੀ ਕੰਪਨੀ ਨੂੰ ਦੇਖਦੇ ਨੇ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਕਾਰਪੋਰੇਟ ਤੋਂ ਵੀ ਅਸੀਂ ਅੱਜ ਕਿਸੇ ਨੂੰ ਬੁਲਾਇਆ ਅਤੇ ਉਹਨਾਂ ਦੇ ਨਾਲ ਅਸੀਂ ਜਿਹੜੀ ਹੈ ਉਹ ਗੱਲ ਕਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਇੰਸਟੀਟਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ ਬਾਰੇ, ਰਾਈਟ, ਕਿ ਵਟ ਇਟ ਇਜ਼ ਆਲ ਅਬਾਊਟ, ਜਿਹੜੀ ਇਹਦੀ ਕੋਰ ਸਰਵਿਸ ਆ ਉਹ ਕੀ। ਸੋ ਇੰਸਟੀਟਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ ਮੈਮ ਟ੍ਰੇਨ ਕਰਦਾ ਹੈ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਬੈਂਕ ਵਿੱਚ ਜੋਬ ਮਿਲ ਪਾਵੇ, ਨਾਟ ਮਿਲ ਪਾਵੇ, ਰਾਦਰ ਸਾਡਾ ਜਿਹੜਾ USP ਹੈ ਕਿ ਅਸੀਂ ਹੈਂਡ ਹੋਲਡ ਕਰਦੇ ਹਾਂ ਬੱਚਿਆਂ ਨੂੰ ਟੂ ਬੀ ਪਲੇਸਡ ਇਨ ਪ੍ਰਾਈਵੇਟ ਸੈਕਟਰ ਬੈਂਕਸ ਐਂਡ ਦੈਟ ਟੂ ਇਨ ਬ੍ਰਾਂਚ ਬੈਂਕਿੰਗ ਪ੍ਰੋਫਾਈਲਸ। ਸੋ ਜਿਹਨਾਂ ਨੂੰ ਬੱਚੇ ਆਪਣੀ ਲੈਂਗੁਏਜ ਵਿੱਚ ਓਪਰੇਸ਼ਨ ਪ੍ਰੋਫਾਈਲਸ ਕਹਿ ਦਿੰਦੇ ਨੇ, ਜੋ ਬ੍ਰਾਂਚ ਦੇ ਅੰਦਰ ਬੈਠ ਕੇ ਪ੍ਰੋਫਾਈਲਸ ਕੰਮ ਕਰਦੀਆਂ ਨੇ, ਟੈਲਰ, ਕੈਸ਼ੀਅਰ ਜਿਹਨੂੰ ਕਹਿੰਦੇ ਆ, ਆਥੋਰਾਈਜ਼ਰ, ਦੈਨ ਕਸਟਮਰ ਸਰਵਿਸ ਆਫੀਸਰਸ ਐਂਡ ਦੈਨ ਅਸਿਸਟੈਂਟ ਮੈਨੇਜਰ ਗ੍ਰੇਡਸ ਆਰ ਦੇਰ। ਸੋ ਵੀ ਐਕਚੁਲੀ ਗਿਵ 90 days training so that they get trained in handling retail banking. So retail banking the bahut sara ek aspect hai, all in all whole of India if we see the banking industry is expanding like anything. Every full fledged bank, chahe wo HDFC hai, Axis bank hai, even small finance bank, they are expanding like anything. Reason is that if we are heading towards 3 trillion economy, there has to be bank, there has to be financial system to hold back that money for everybody. So with that vision, there are private sector banks are growing in n number of ways, and with that je sade har ek chote je kasbe vich vi 4 to 5 branches ne different banks diyan, because utthe services dena chahnde ne lokan nu, utthe vi debit card, credit card chahide ne, SIPs karaniyan ne, lokan ne loan lene, FDs karaniyan ne,
ਤਾਂ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈ ਲੋਕ ਹੀ ਚਾਹੀਦੇ ਨੇ ਅਨਸਕਿਲਡ ਲੋਕ ਹੀ ਚਾਹੀਦੇ ਨੇ ਔਰ ਅੱਜ ਕੱਲ੍ਹ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਉਹ ਟ੍ਰੇਨਿੰਗ ਵੀ ਨਹੀਂ ਦੇਣਾ ਚਾਹੁੰਦੇ ਦੇ ਡੋਂਟ ਵਾਂਟ ਕਿ ਕੋਈ ਆਵੇ ਤਾਂ ਅਸੀਂ 6 ਮਹੀਨੇ ਉਹਨੂੰ ਸਿਖਾਉਂਦੇ ਰਹੀਏ ਫਿਰ 7ਵੇਂ ਮਹੀਨੇ ਉਹ ਚਲਾ ਜਾਵੇ ਤਾਂ ਦੈਟ ਇਜ਼ ਕਾਇੰਡ ਆਫ ਅ ਹੈਕਟਿਕ ਜੋਬ ਫੋਰ ਦੈਮ ਦੇ ਵਾਂਟ ਕਿ ਇੱਕ ਟ੍ਰੇਨਡ ਬੰਦਾ ਆਵੇ ਜਿਹਨੂੰ ਪਹਿਲੇ ਦਿਨ ਪਤਾ ਹੋਵੇ ਕਿ KYC ਕੀ ਹੈ AML ਕੀ ਹੈ ਅਸੀਂ ਫਟਕਾ ਕਿਉਂ ਯੂਜ਼ ਕਰਦੇ ਹਾਂ ਬਿਟ ਮਨੀ ਕੀ ਹੈ ਕੋਈ NRI ਆ ਗਿਆ ਉਹਦਾ ਕਿਹੜਾ ਖਾਤਾ ਖੋਲ੍ਹਣਾ ਹੈ ਕੋਈ ਮਾਈਨਰ ਆ ਗਿਆ ਉਹਦਾ ਕਿਹੜਾ ਖਾਤਾ ਖੋਲ੍ਹਣਾ ਹੈ ਕੋਈ ਬੁਰਕੇ ਵਾਲੀ ਲੇਡੀ ਆ ਗਈ ਉਹਦੀ KYC ਕਿੱਦਾਂ ਕਰਨੀ ਹੈ ਸੋ ਪੀਪਲ ਹੂ ਨੋਸ ਐਵਰੀਥਿੰਗ ਐਂਡ ਦੇ ਡੋਂਟ ਆਸਕ ਦੇ ਜਸਟ ਕਮ ਐਂਡ ਸਟਾਰਟ ਡੂਇੰਗ ਜੋਬ ਬਹੁਤ ਵਾਰ ਲੱਗਦਾ ਹੈ ਕਿ ਇਹ ਤਾਂ ਸਿਰਫ ਐਕਸਪੀਰੀਅੰਸ ਨਾਲ ਹੀ ਆਏਗਾ ਸੋ ਐਟ ਦੈਟ ਪੁਆਇੰਟ ਜਦੋਂ ਸਾਡੇ ਵਰਗੇ ਇੰਸਟੀਟਿਊਟ ਬੱਚਿਆਂ ਨੂੰ ਉਸ ਲੈਵਲ 'ਤੇ ਟ੍ਰੇਨ ਕਰਦੇ ਨੇ ਕਿ ਉਹ ਕੋਈ ਵੀ ਬੈਕਗਰਾਊਂਡ ਤੋਂ ਗ੍ਰੈਜੂਏਟ ਹੋ ਕੇ ਆਏ ਹੋਣ ਇਫ ਦੇ ਆਰ ਇਨ ਟੂ ਏਜ ਆਫ 21 to 27 ਦੇ ਟੇਕ ਆਰ ਕੋਰਸ ਔਨਲਾਈਨ ਐਂਡ ਆਫਲਾਈਨ ਇਫ ਦੇ ਵਾਂਟ ਔਨਲਾਈਨ ਇਸ ਲਈ ਕਿਉਂਕਿ ਦੇ ਕੈਨ ਡੂ ਇਟ ਫਰੋਮ ਦੇ ਹੋਮ ਐਂਡ ਆਫਟਰ ਕੰਪਲੀਸ਼ਨ ਆਫ ਦ ਕੋਰਸ ਵੀ ਹੈਂਡ ਹੋਲਡ ਦੈਮ ਟੂ ਬੀ ਪਲੇਸਡ ਇਨ ਪ੍ਰਾਈਵੇਟ ਸੈਕਟਰ ਬੈਂਕ ਐਂਡ ਸਾਡੀ ਪਲੇਸਮੈਂਟ ਇਸ ਵੇਲੇ 120% ਚੱਲ ਰਹੀ ਹੈ ਕਿਉਂਕਿ ਅਸੀਂ ਐਡਮਿਸ਼ਨ ਹੀ ਉਹਨਾਂ ਨੂੰ ਦਿੰਦੇ ਹਾਂ ਟ੍ਰੇਨਿੰਗ ਲਈ ਕਹਿੰਦੇ ਹੀ ਉਹਨਾਂ ਨੂੰ ਆ ਜੋ ਸਾਨੂੰ ਪਤਾ ਹੈ ਕਿ ਦੇ ਆਰ ਐਲੀਜੀਬਲ ਐਂਡ ਇਹਦਾ ਲੱਗ ਹੋ ਜਾਏਗਾ ਜਾਂ ਲੱਗ ਜਾਏਗਾ ਅਗਰ ਏਜ ਸੇਫ ਠੀਕ ਹੈ ਮਾਰਕਸ ਠੀਕ ਹੈ ਕਮਿਊਨੀਕੇਸ਼ਨ ਇਜ਼ ਓਕੇ ਐਵਰੇਜ ਨੂੰ ਅਸੀਂ ਗੁੱਡ ਕਰ ਸਕਦੇ ਹਾਂ ਬਿਲੋ ਐਵਰੇਜ ਨੂੰ ਐਵਰੇਜ ਲੈ ਕੇ ਆ ਸਕਦੇ ਵੀ ਕੈਨ ਵਰਕ ਔਨ ਇਟ ਅਸੀਂ ਉਹਨਾਂ ਨੂੰ ਕੋਨਫੀਡੈਂਸ ਦੇ ਸਕਦੇ ਹਾਂ ਆਪਣੇ ਕੋਰਸ ਵਿੱਚ ਪਲੱਸ ਇੱਕ ਰਿਟੇਲ ਬੈਂਕਿੰਗ ਨੌਲੇਜ ਦੇ ਸਕਦੇ ਹਾਂ ਸੋ ਬੈਂਕਸ ਦੀ ਜਿਵੇਂ ਤੁਸੀਂ ਗੱਲ ਕੀਤੀ ਸੋ ਬੈਂਕਿੰਗ ਸੈਕਟਰ ਬਾਰੇ ਅਸੀਂ ਜਾਣੀਏ ਆਪਣੇ ਜਿਹੜੀ ਆਡੀਅੰਸ ਆ ਉਹਨਾਂ ਨੂੰ ਦੱਸੀਏ ਬੈਂਕਿੰਗ ਸੈਕਟਰ ਬਾਰੇ ਬਿਕੋਜ਼ ਹਰ ਇੱਕ ਨੂੰ ਲੱਗਦਾ ਕਿ ਜੋਬਸ ਨਹੀਂ ਹੈਗੀਆਂ ਸਾਡਾ ਮਾਇੰਡ ਇੱਦਾਂ ਦਾ ਬਣ ਗਿਆ ਕਿ ਹਜੇ ਗੱਲ ਵੀ ਨਹੀਂ ਕੀਤੀ ਕਿ ਤੁਸੀਂ ਅਪਲਾਈ ਕਰੋ ਪਹਿਲਾਂ ਹੀ ਦਿਮਾਗ 'ਚ ਹੈਗਾ ਕਿ ਲੋਕ ਬੈਂਕ 'ਚ ਤਾਂ ਦੋ ਹੀ ਬੰਦੇ ਬਹਿੰਦੇ ਆ ਜਾਂ 6 ਬੰਦੇ ਆ ਅਤੇ ਅਲੱਗ ਜੋਬਸ ਨਹੀਂ ਹੈਗੀਆਂ ਸੋ ਇਹਦੀ ਸਕੋਪ ਦੀ ਅਸੀਂ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਇਸ ਇਹਦਾ ਕਿਸ ਤਰ੍ਹਾਂ ਦਾ ਸਕੋਪ ਆ ਆਉਣ ਵਾਲੇ ਟਾਈਮ ਦੇ ਵਿੱਚ ਬੈਂਕਸ ਅਤੇ ਬੈਂਕਿੰਗ ਦੀਆਂ ਜਿਹੜੀਆਂ ਜੋਬਸ ਆ ਉਹ ਇਹਨੂੰ ਕਿਸ ਸਕੇਲ 'ਤੇ ਵੱਡੀਆਂ ਹੋਣ ਵਾਲੀਆਂ ਅਤੇ ਮੈਂ ਵੀ ਆਪਣੀ ਆਡੀਅੰਸ ਨੂੰ ਦੱਸਣਾ ਚਾਹੁੰਦੀ ਕਿ ਦੇਰ ਆਰ ਵੈਰੀ ਲੈਸ ਇੰਸਟੀਟਿਊਟਸ ਔਰ ਯੂ ਨੋ ਇਟ ਇਜ਼ ਵਨ ਆਫ ਦਾ ਯੂਨੀਕ ਇੰਸਟੀਟਿਊਟ ਕਿ ਜਿੱਥੇ ਇਸ ਤਰ੍ਹਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਹੈ ਕਿ ਅਸੀਂ ਜਦੋਂ ਬੱਚੇ ਨੇ ਬੈਂਕ ਜੋਬ ਕਰਨੀ ਹੈ ਅਤੇ ਉਹਨੇ ਇਹ 3 ਮਹੀਨੇ ਦੀ ਤਿਆਰੀ ਕਰਨੀ ਹੈ ਅਤੇ ਉਹਦੀ ਜੋਬ ਜਿਹੜੀ ਉਹ ਲੱਗ ਸਕਦੀ ਹੈ ਸੋ ਕਈ ਵਾਰੀ ਅਸੀਂ ਇਸੇ ਲਈ ਅੱਗੇ ਨਹੀਂ ਵੱਧਦੇ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਕਰੀਏ 3 ਮਹੀਨੇ ਦੇ ਵਿੱਚ ਕਿ ਬੈਂਕਿੰਗ ਦਾ ਕੀ ਸਕੋਪ ਹੈ ਬੈਂਕਿੰਗ ਐਜ਼ ਅ ਕਰੀਅਰ ਹੈਜ਼ ਅ ਗ੍ਰੇਟ ਸਕੋਪ ਬਿਕੋਜ਼ ਪਹਿਲੇ ਹੀ ਹੁੰਦਾ ਸੀ banking was limited to FDs and deposits and loans hun banking age there are like 7 to 8 verticals jithe bacche apna career shift bhi kar sakte hain bana bhi sakte hain there is a corporate banking there is personal banking there is loan there is again lot of credit departments and bahut sare trade finance bhi chale jande hain bahut sare mutual fund bhi chale jande hain so lot of products are there once you are in the system to see aaj ਇਹ ਕੋਰਸ ਕਰਕੇ ਜਾਂ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕੈਸ਼ੀਅਰ ਲੱਗ ਜਾਂਦੇ ਹੋ ਸਾਲ 2 ਸਾਲ ਦੇ ਸਰਕਲ ਤੋਂ ਬਾਅਦ ਯੂ ਕੈਨ ਆਸਕ ਯੋਰ HR ਇਫ ਯੂ ਆਰ ਨੋਟ ਕੰਫਰਟੇਬਲ ਹੀ ਔਰ ਸ਼ੀ ਕੈਨ ਮੂਵ ਯੂ ਟੂ ਡਿਫਰੈਂਟ ਵਰਟੀਕਲ ਸੋ ਦੈਟ ਇਜ਼ ਦ ਵੇ ਆਫ ਗਰੋਥ ਸਟੂਡੈਂਟਸ ਹੈਵ ਦੂਸਰਾ ਜਿਹੜੀ ਗੱਲ ਤੁਸੀਂ ਕਹੀ ਕਿ ਹਾਂ ਅਸੀਂ ਘਰੇ ਬੈਠੇ ਸੋਚ ਲੈਂਦੇ ਹਾਂ ਕਿ ਬਾਹਰ ਜੋਬਸ ਨਹੀਂ ਹੈ ਪਰ ਇਫ ਯੂ ਕਮ ਟੂ ਅਸ ਇਫ ਯੂ ਹੈਲਪ ਯੂ ਟੂ ਮੀਟ ਦ HRs of all the banks they cry ki we don't find right people we don't have people there is lot of requirement if I talk particularly in Rajasthan Madhya Pradesh Maharashtra even Punjab Chandigarh circles we bahut zyada requirement hai the problem is the students do not have this understanding that kick starting their career as a banker from a 20,000 per month job is a great deal and definitely ਬੱਚਿਆਂ ਨੂੰ ਅੱਜ ਕੱਲ੍ਹ ਦੇ ਹੈਵ ਐਨ ਇੰਸਟਾ ਪ੍ਰੋਗਰਾਮ ਕਿ ਯੂ ਨੋ ਵਿਚ ਐਵਰ ਗੋਜ਼ ਟੂ ਵਟ ਐਵਰ ਹੈਪਨਿੰਗ ਔਨ ਸੋਸ਼ਲ ਮੀਡੀਆ ਆਪਾਂ ਉਹ ਕਰੀਏ ਬਟ ਦਿਸ ਇਜ਼ ਵਨ ਰੀਅਲ ਟਰੁੱਥ ਦੈਟ ਦੇਰ ਆਰ ਲੋਟ ਆਫ ਜੋਬਸ ਸਿੰਸ ਆਈ ਨੋ ਦਿਸ ਇੰਡਸਟਰੀ ਫਰੋਮ ਲਾਸਟ 4 ਈਅਰਸ ਦੇਰ ਆਰ ਲੋਟ ਆਫ ਜੋਬਸ ਐਂਡ ਦੇ ਆਰ ਨੋਟ ਐਂਪਲ ਕੈਂਡੀਡੇਟਸ ਯੂ ਨੋ ਮੈਮ ਨੂੰ ਵੀ ਸ਼ਿਕਾਇਤ ਹੈਗੀ ਕਿ ਆਲਮੋਸਟ ਸਾਰੇ ਸਟੇਟਸ ਜਿਹੜੀਆਂ ਬੜਾ ਅੱਛਾ ਰਿਸਪੋਂਸ ਕਰਦੀਆਂ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਸਿੱਖੀਏ ਅਸੀਂ ਬੈਂਕਿੰਗ ਜੋਬ ਜਿਹੜੀ ਉਹ ਕਰੀਏ ਬਟ ਪੰਜਾਬ ਜਿਹੜਾ ਹੈ ਉਹ ਇੰਨਾ ਅਵੇਅਰ ਹੁੰਦਾ ਹੀ ਨਹੀਂ ਸੋ ਦਿਸ ਇਜ਼ ਅ ਸਪੈਸ਼ਲ ਇੰਟਰਵਿਊ ਆਈ ਹੈਵ ਕੈਪਟ ਕਿ ਪੰਜਾਬ ਦੇ ਯੂਥ ਨੂੰ ਵੀ ਪਤਾ ਲੱਗੇ ਕਿ ਕਿੰਨਾ ਸਕੋਪ ਹੈਗਾ ਬੈਂਕਿੰਗ 'ਚ ਸਿਰਫ ਪੰਜਾਬ 'ਚ ਹੀ ਨਹੀਂ
ਕਿਤੇ ਵੀ ਅਸੀਂ ਜਿਹੜਾ ਇੰਡੀਆ ਦੇ ਵਿੱਚ ਜਿਹੜੀ ਉਹ ਜੋਬ ਅਸੀਂ ਕਰ ਸਕਦੇ ਹਾਂ, ਪਰ ਜ਼ਰੂਰੀ ਆ ਕਿ ਅਸੀਂ ਪਰਟੀਕੁਲਰਲੀ ਉਹ ਵਾਲਾ ਸਕਿੱਲ ਜਿਹੜਾ ਉਹ ਅਸੀਂ ਸਿੱਖ ਲਈਏ, ਅਸੀਂ 3 ਮਹੀਨੇ ਉਹਦੇ 'ਤੇ ਜਿਹੜਾ ਜ਼ਰੂਰ ਲਗਾਈਏ। ਮੈਂ ਆਪਣੀ ਕੰਪਨੀ ਦੀ ਗੱਲ ਕਰਦੀ ਅਤੇ ਮੈਂ ਕਹਿੰਦੀ ਕਿ 6 ਮੰਥ ਲਗਾ ਕੇ 3 ਮੰਥ ਲਗਾ ਕੇ ਕੋਈ IT ਦਾ ਸਕਿੱਲ ਸਿੱਖ ਲਓ, ਕੋਈ ਗ੍ਰਾਫਿਕ ਡਿਜ਼ਾਇਨਿੰਗ ਦਾ ਸਕਿੱਲ ਸਿੱਖ ਲਓ, ਉਹੀ ਚੀਜ਼ ਸਾਰਿਆਂ ਦਾ ਸੇਮ ਇੰਟਰਸਟ ਨਹੀਂ ਹੁੰਦਾ। ਸੋ ਹੋ ਸਕਦਾ ਕਿ ਬੱਚਿਆਂ ਦਾ IT 'ਚ ਗ੍ਰਾਫਿਕਸ 'ਚ ਨਾ ਇੰਟਰਸਟ ਹੋਵੇ, ਪਰ ਓਬਵੀਅਸਲੀ ਕਿ ਬੈਂਕ ਜਿੱਦਾਂ ਜਿੱਦਾਂ ਨਵੇਂ ਨਵੇਂ ਖੋਲ੍ਹਦੇ ਜਾਂਦੇ ਆ ਤੁਹਾਨੂੰ ਬਹੁਤ ਓਪਰਚੁਨਿਟੀਜ਼ ਮਿਲਦੀਆਂ ਕਿ ਤੁਸੀਂ ਬਹੁਤ ਜਲਦੀ ਯੂਨੋ ਬ੍ਰਾਂਚ ਹੈੱਡ ਤੱਕ ਵੀ ਪਹੁੰਚ ਜਾਂਦੇ ਹੋ, ਬਿਕੋਜ਼ ਕਈ ਕਈ ਕਸਬਿਆਂ ਦੇ ਵਿੱਚ ਛੋਟੀਆਂ ਛੋਟੀਆਂ ਬ੍ਰਾਂਚਿਸ ਖੋਲ੍ਹਦੀਆਂ ਨੇ, ਤੁਹਾਨੂੰ 1-2-3 ਸਾਲ ਦਾ ਐਕਸਪੀਰੀਅੰਸ ਹੁੰਦਾ ਅਤੇ ਯੂ ਕੁੱਡ ਬੀ ਅ ਬ੍ਰਾਂਚ ਹੈੱਡ, ਰਾਈਟ, ਜਿਹੜਾ ਕਿ ਬੜਾ ਈਜ਼ੀ ਆ। ਸੋ ਅਸੀਂ ਹੁਣ ਗੱਲ ਕਰਾਂਗੇ ਕਿ ਮੋਡ ਆਫ ਲਰਨਿੰਗ ਦੀ, ਰਾਈਟ। ਅਸੀਂ ਖੁਦ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਔਨਲਾਈਨ ਮੋਡ ਜਿਹੜਾ ਵਾ ਉਹ ਬੜਾ ਸਕਸੈਸਫੁਲ ਰਿਹਾ, ਅਤੇ ਔਨਲਾਈਨ ਮੋਡ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੈਚਿਸ ਰਹੇ ਆ ਕਿ ਜਿਨ੍ਹਾਂ ਦੀ 100% ਪਲੇਸਮੈਂਟ ਜਿਹੜੀ ਉਹ ਰਹੀ ਹੈ। ਸੋ ਹਾਓ ਦ ਸਟੂਡੈਂਟਸ ਕੈਨ ਐਨਰੋਲ ਐਂਡ ਯੂ ਨੋ ਵਟ ਆਰ ਦ ਡਿਫਰੈਂਟ ਮੋਡਸ ਆਫ ਲਰਨਿੰਗ? ਸੋ ਬਿਫੋਰ ਕਰੋਨਾ ਵੀ ਵਰ ਓਨਲੀ ਆਫਲਾਈਨ, ਸਾਡੇ ਕੋਲ ਬੱਚੇ ਆਉਂਦੇ ਸੀ, ਕਲਾਸ ਪੜ੍ਹਦੇ ਸੀ। ਜਦੋਂ ਹੀ ਲੋਕਡਾਊਨ ਹੋਇਆ ਉਸ ਤੋਂ ਬਾਅਦ ਵੀ ਥੋਟ ਕਿ ਲੈਟਸ ਟੇਕ ਦਿਸ ਔਨਲਾਈਨ ਨਾ, ਔਨਲਾਈਨ ਹੈਜ਼ ਬਿਨ ਹਿਊਜ ਸਕਸੈਸ, ਕਿਉਂਕਿ ਜਦੋਂ ਲੋਕਡਾਊਨ ਸਭ ਕੁਛ ਲੋਕਡ ਸੀਗਾ ਐਂਡ ਵੀ ਵਰ ਲਾਈਕ ਵੈਰੀ ਕਲੀਅਰਲੀ ਟੈਲਿੰਗ ਦੈਮ ਕਿ ਅਸੈਂਸ਼ੀਅਲ ਸਰਵਿਸਿਸ ਵਿੱਚ ਬੈਂਕਸ ਖੁੱਲ੍ਹੇ ਨੇ, ਬੈਂਕਸ ਆਰ ਵਰਕਿੰਗ, ਐਂਡ ਸ਼ਾਇਦ ਉਹੀ ਟਾਈਮ ਸੀ ਜਦੋਂ ਮੈਕਸੀਮਮ ਆਟ੍ਰੀਸ਼ਨ ਹੋਈ। ਕਈ ਲੋਕ ਜਿਹੜੇ ਟਰੈਵਲ ਨਹੀਂ ਕਰ ਪਾ ਰਹੇ ਸੀ ਉਹਨਾਂ ਨੇ ਜਾਣਾ ਹੀ ਛੱਡ ਦਿੱਤਾ ਆਪਣੀ ਜੋਬ 'ਤੇ, ਐਂਡ ਕਈ ਲੋਕਾਂ ਨੂੰ ਵੈਸੇ ਕੋਵਿਡ ਨੇ ਕਾਫੀ ਹਿੱਟ ਕੀਤਾ ਵੈਰੀ ਸੀਰੀਅਸਲੀ ਵਿਦ ਦੇਅਰ ਫੈਮਿਲੀਜ਼, ਤੇ ਦੈਟ ਦੇ ਵੈਂਟ ਇਨ ਟੂ ਸੀਰੀਅਸ ਆਟ੍ਰੀਸ਼ਨ। ਸੋ ਔਨਲਾਈਨ ਵਿੱਚ ਵੀ ਹੈਵ ਆਲਮੋਸਟ 1600 ਗੁੱਡ ਸਕਸੈਸਫੁਲ ਕੇਸਿਸ, ਇੱਦਾਂ ਦੇ ਜਿਹੜੇ ਬੱਚਿਆਂ ਨੂੰ ਅਸੀਂ ਕਦੇ ਸ਼ਕਲ ਵੀ ਨਹੀਂ ਦੇਖੀ, ਦੇ ਹੈਵ ਦੇ ਹੈਵ ਜਸਟ ਮੈਟ ਆਰ ਕਾਉਂਸਲਰ ਔਨਲਾਈਨ, ਦੇ ਹੈਵ ਟੇਕਨ ਆਲ ਦ ਕਲਾਸਿਸ ਫੋਰ 90 ਡੇਜ਼ ਔਨਲਾਈਨ ਫਰੋਮ ਟ੍ਰੇਨਰ, ਦੇ ਹੈਵ ਗਿਵਨ ਮੌਕ ਟੈਸਟ ਐਂਡ ਡਾਇਰੈਕਟਲੀ ਲੈਂਡਡ ਇਨਟੂ ਬੈਂਕ ਫੋਰ ਇੰਟਰਵਿਊ ਐਂਡ ਗੋਟ ਸਿਲੈਕਟਡ, ਐਂਡ ਮੋਸਟ ਆਫ ਦੈਮ ਹੈਵ ਜਸਟ ਗਿਵਨ ਇੰਟਰਵਿਊਜ਼ ਆਲਸੋ ਔਨਲਾਈਨ ਟੂ ਦ ਐਚਆਰਸ ਆਫ ਦ ਬੈਂਕ। ਸੋ ਵਿਦ ਦੈਟ ਫੈਕਟਰ ਔਨਲਾਈਨ education for us, which are not live classes, happen on Google Meet every day for 2 hours, sada ek kind of odithi specialization aa gayi hai, because now we know what can happen in a worst case scenario, in a good scenario, and what are the itches and pains of student. So ode karan we have a huge team of senior ex bankers jide online ja ke unhanu khud padhande ne, ਉਹਨਾਂ ਦੇ ਖੁਦ ਡਾਊਟ ਸੈਸ਼ਨਸ ਲੈਂਦੇ ਨੇ, ਅਤੇ ਜੇ ਕਿਸੇ ਦਾ ਕੋਈ ਸੈਸ਼ਨ ਰਹਿ ਜਾਂਦਾ ਉਹਨੂੰ ਅਸੀਂ ਫਲੈਕਸੀਬਲੀ ਦੂਸਰੇ ਟਾਈਮ ਸਲੋਟ 'ਚ ਪਾ ਕੇ ਉਹਦੀ ਕਲੈਰਿਟੀ ਤੱਕ ਜਾਂਦਾ। ਸੋ ਦੈਟ ਵੇਜ਼ ਬੱਚੇ ਨੂੰ ਬਹੁਤ ਫਾਇਦਾ ਹੁੰਦਾ ਐਜ਼ ਅ ਯੰਗ ਬੋਆਏ ਔਰ ਗਰਲ, ਤੁਹਾਡਾ ਇੱਕ ਕੋਸਟ ਕਟਿੰਗ ਹੁੰਦਾ ਕਿ ਕਿੱਥੇ ਜਾ ਕੇ ਰਹੋਗੇ ਪੜ੍ਹੋਗੇ, ਯੂ ਨੋ ਟਰੈਵਲ ਐਂਡ ਐਕਸਪੈਂਸਿਸ ਐਂਡ ਸਟੇਇੰਗ ਇਜ਼ ਯੂ ਨੋ ਸਿੰਪਲੀ ਸਬਟ੍ਰੈਕਟਿਡ, ਯੂ ਕੈਨ ਸਿੱਟ ਆਪਣੇ ਘਰ ਦੇ ਕੰਫਰਟ ਵਿੱਚ ਆਪਣਾ ਕਲਾਸਿਸ 2-2 ਘੰਟੇ ਦੀਆਂ ਰੋਜ਼ ਲਗਾ ਕੇ, and you can directly go to the bank and be pleased. Living on a banking de vich, right? So there are small banks, big banks. What kind of jobs are there? So entry level jobs kehdi hain, mid level kehdi hain? So bachcha jehda jinne graduation kiti hai ya post graduation kiti hai 3 months de course to baad kis tarah diyan jobs di jehda wo apply kar sakde? 3 months de course to baad sade kol jehde graduate bachche ne oh officer grade vich jande ne, jinna kol ਹਰ ਇੱਕ ਬੈਂਕ ਵਿੱਚ ਕਸਟਮਰ ਸਰਵਿਸ ਆਫਿਸਰਸ ਹੁੰਦੇ ਨੇ, ਟੈਲਰ ਜਿਹਨੂੰ ਅਸੀਂ ਕ੍ਰੈਸ਼ੀਅਰ ਕਹਿੰਦੇ ਹਾਂ, ਐਂਡ ਦੈਨ ਦੇਅਰ ਆਰ ਆਥੋਰਾਈਜ਼ਰਸ ਆਲਸੋ। ਐਂਡ ਬਹੁਤ ਸਾਰੇ ਬੈਂਕਸ ਨੇ ਬਹੁਤ ਸਾਰੇ ਹੁਣ ਨਵੇਂ ਜੋਬ ਰੋਲਸ ਕੱਢੇ ਨੇ ਦੈਟ ਗੋਜ਼ ਇਨ ਟੂ ਕਸਟਮਰ ਸਕਸੈਸ ਮੈਨੇਜਰਸ ਆਲਸੋ, ਜੋ ਕਿ ਕਸਟਮਰ ਨੂੰ ਸਕਸੈਸਫੁਲੀ ਪੂਰਾ ਉਹਨਾਂ ਦਾ ਲਾਈਫ ਟਾਈਮ ਬੈਂਕ ਨਾਲ ਜੁੜਿਆ ਰੱਖਣ ਦਾ ਕੰਮ ਕਰਦੇ ਨੇ, ਐਂਡ ਦੇ ਵਰਕ ਡਿਜੀਟਲੀ ਆਲਸੋ। ਇਹ ਐਂਟਰੀ ਲੈਵਲ ਜੋਬ ਨੇ, ਇਫ ਦ ਸਟੂਡੈਂਟ ਔਰ ਦ ਕੈਂਡੀਡੇਟ ਇਜ਼ ਪੋਸਟ ਗ੍ਰੈਜੂਏਟ, ਉਹਨੂੰ ਇਹਦੇ ਵਿੱਚ ਹੀ ਆਥੋਰਾਈਜ਼ਰ ਅਸਿਸਟੈਂਟ ਮੈਨੇਜਰ ਤੱਕ ਦਾ ਗ੍ਰੇਡ ਮਿਲ ਜਾਂਦਾ ਹੈ। ਦ ਜੋਬ ਰੋਲ ਆਲਮੋਸਟ ਸੇਮ ਹੁੰਦਾ ਹੈ, ਪਰ ਯੈਸ ਗ੍ਰੇਡ ਦੇ ਕਾਰਨ ਦੇ ਗੇਟ ਅ ਬੈਟਰ ਸੈਲਰੀ। ਸੋ ਆਲ ਦੋਜ਼ ਹੂ ਵਰਕ ਇਨ ਅ ਬੈਂਕ, ਦਿਸ ਕੈਨ ਬੀ ਐਨੀ ਸਿੰਪਲ ਗ੍ਰੈਜੂਏਟ ਵਿਦ ਐਨੀ ਬੈਕਗਰਾਊਂਡ। ਸੋ ਵਟ ਅਬਾਊਟ ਦੀ ਕੁਆਲੀਫਿਕੇਸ਼ਨ? ਹੁਣ ਹਰ ਇੱਕ ਬੱਚੇ ਦੇ ਦਿਮਾਗ 'ਚ ਜੋ ਇੰਟਰਵਿਊ ਸੁਣ ਰਿਹਾ ਹੈਗਾ ਆਏਗਾ ਕਿ ਮੈਂ ਕਿੰਨਾ ਕੁ ਪੜ੍ਹਿਆ ਹਾਂ ਅਤੇ ਮੇਰੀ ਐਂਟਰੀ ਹੋ ਜਾਏਗੀ। ਜੇ ਤੁਸੀਂ ਗ੍ਰੈਜੂਏਟ ਹੋ ਤਾਂ 10th ਆਨਵਰਡਸ ਤੁਹਾਡੇ ਨੰਬਰ 50% ਤੋਂ ਜ਼ਿਆਦਾ ਰਹੇ ਨੇ, ਦੈਨ ਯੂ ਆਰ ਐਲੀਜੀਬਲ। ਓਕੇ, ਐਂਡ ਰੈਗੂਲਰ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਬੈਂਕਸ ਡੂ ਨਾਟ ਐਂਟਰਟੇਨ ਕੋਰਸਪੋਂਡੈਂਸ ਔਰ ਡਿਸਟੈਂਸ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਫਿਰ ਵੀ ਬੈਂਕ
ਜੇ ਤੁਸੀਂ ਡਿਸਟੈਂਸ ਤੋਂ ਕੀਤੀ ਹੈ ਬੈਂਕ ਐਂਟਰਟੇਨ ਕਰ ਲੈਂਦੇ ਨੇ ਪਰ ਉਹਦੇ ਚ ਤੁਹਾਡੇ ਨੰਬਰ 50% ਤੋਂ ਜ਼ਿਆਦਾ ਹੋਣੇ ਚਾਹੀਦੇ ਸੋ ਦਿਸ ਇਜ਼ ਦ ਬੇਸਿਕ ਐਜੂਕੇਸ਼ਨ ਦੇ ਨੀਡ ਕਰੰਟਲੀ ਰਾਈਟਸ ਫਰਮ ਵਿਚ ਆਲ ਸਟੇਟਸ ਪੀਪਲ ਆਰ ਲਰਨਿੰਗ ਕੀ ਡਾਇਵਰਸਿਟੀ ਨਾਲ ਅਸੀਂ ਲਰਨ ਕਰਦੇ ਹਾਂ ਤੁਹਾਡੀ ਕਲਾਸ ਆ ਸਮਝੋ 50 ਬੱਚਿਆਂ ਦੀ ਕਲਾਸ ਆ ਉਹਦੇ ਵਿੱਚ ਕੋਈ ਓਡੀਸ਼ਾ ਤੋਂ ਆ ਕੋਈ ਅੰਮ੍ਰਿਤਸਰ ਤੋਂ ਆ ਕੋਈ ਕਿੱਥੋਂ ਆ ਤੇ ਆਈ ਥਿੰਕ ਪੀਅਰ ਲਰਨਿੰਗ ਵੀ ਬਹੁਤ ਹੋ ਜਾਂਦੀ ਹੋਏਗੀ ਸੋ ਕਿੱਦਾਂ ਦਾ ਮਾਹੌਲ ਆ ਕਲਾਸ ਦੇ ਵਿੱਚ ਕਲਾਸ ਵਿੱਚ ਬਹੁਤ ਹੀ ਜ਼ਿਆਦਾ ਅੱਛਾ ਮਾਹੌਲ ਹੈ ਐਂਡ ਸਮਝ ਆ ਰਹੀ ਹੈ ਦੈਟ ਵੀ ਐਜ ਅ ਕੰਟਰੀ ਆਰ ਯੂਨਾਈਟਿਡ ਵਿਦ ਅ ਸਿੰਗਲ ਪ੍ਰੋਬਲਮ ਆਫ ਗੈਟਿੰਗ ਰਾਈਟ ਜੋਬ ਐਟ ਰਾਈਟ ਏਜ ਤੇ ਸਿੰਸ ਵੀ ਆਰ ਆਨਲਾਈਨ ਆਰ ਕਲਾਸ ਇਜ਼ ਫਿਲਡ ਵਿਦ ਸਟੂਡੈਂਟਸ ਫਰੋਮ ਗੁਜਰਾਤ ਆਲਸੋ ਫਰੋਮ ਬੈਂਗਲੋਰ ਆਲਸੋ ਅਪ ਟਿਲ ਸਿੱਕਿਮ ਸਟੂਡੈਂਟਸ ਹੈਵ ਬੀਨ ਜੁਆਇਨਿੰਗ ਅਸ ਸਾਡੇ ਆਲਮੋਸਟ ਆਲ ਸਟੇਟਸ ਲਿਵਿੰਗ 2 to 3 ਸਟੇਟਸ ਇਨ ਨੌਰਥ ਈਸਟ ਐਂਡ 1 ਜੰਮੂ ਐਂਡ ਕਸ਼ਮੀਰ ਵੀ ਹੈਵ ਆਲ ਸਟੂਡੈਂਟਸ ਫਰੋਮ ਆਲ ਦਾ ਸਟੇਟਸ ਸਾਡੀ ਖੁਦ ਦੀ ਪ੍ਰੈਜੈਂਸ 23 ਸਿਟੀਜ਼ ਵਿੱਚ ਹੈ ਜੋ 11 ਸਟੇਟਸ ਵਿੱਚ ਹੈ we are looking for 7 more business partners in few more states reason hai ve ki jadon unna de share vich office hunda hai bachcha ja ke kadi vi visit kar sakda hai otherwise being online we are trying to give them everything at in a plate at the home only so yes we are now very proud ki hun sanu multilingual bachche mil rahe ne and accordingly sada arrangement etan da ho gaya ki we have now multilingual trainers also so we know how to handle Kannada students and Gujarati students along with Haryanvi and Punjabis so like what about the placements like Gujarat wala banda Gujarat se place ho reha the Amritsar wala Amritsar haan ji this is beauty of this course and this is what we are doing jo bhi unna di home state hai bachcha utthe hi place ho reha hai ek bada common notion bachcha nu hunda hai ki je mainu english nahi aandi te mainu lagda hai main bank ਕਰ ਨਹੀਂ ਬਣ ਸਕਦਾ ਪਰ ਬੱਚਿਆਂ ਨੂੰ ਹਮੇਸ਼ਾ ਮੈਂ ਇਹੀ ਕਹਿੰਦੀ ਹਾਂ ਪਿਛਲੇ 4 ਸਾਲ ਤੋਂ ਇਹ ਕਹਿ ਰਿਹਾ ਕਿ ਵਟ ਐਵਰ ਇਜ਼ ਯੋਰ ਲੈਂਗੁਏਜ ਵਟ ਐਵਰ ਇਜ਼ ਯੋਰ ਮਦਰ ਲੈਂਗੁਏਜ ਚਾਹੇ ਉਹ ਪੰਜਾਬੀ ਹੈ ਚਾਹੇ ਉਹ ਹਿੰਦੀ ਹੈ ਚਾਹੇ ਉਹ ਉੜੀਆ ਹੈ ਚਾਹੇ ਉਹ ਕੰਨੜ ਹੈ ਚਾਹੇ ਉਹ ਤੇਲਗੂ ਹੈ ਜੇ ਤੁਸੀਂ ਉਹਨੂੰ ਇਫੈਕਟਿਵ ਕਮਿਊਨੀਕੇਸ਼ਨ ਵਿੱਚ ਪਾਉਂਦੇ ਹੋ ਵੇਅਰ ਐਨ ਤੁਸੀਂ ਜੋ ਕਿਹਾ ਸਾਹਮਣੇ ਵਾਲੇ ਨੂੰ ਸਮਝ ਵਿੱਚ ਆ ਗਿਆ ਤਾਂ ਜੇ ਸਾਹਮਣੇ ਵਾਲੇ ਨੇ ਕਿਹਾ ਤੁਹਾਨੂੰ ਸਮਝ ਆ ਗਿਆ ਦਿਸ ਇਜ਼ ਇਫੈਕਟਿਵ ਕਮਿਊਨੀਕੇਸ਼ਨ ਉਸ ਤੋਂ ਬਾਅਦ ਇਫ ਯੂ ਕੈਨ ਜਸਟ ਅੰਡਰਸਟੈਂਡ ਇੰਗਲਿਸ਼ ਵੇਅਰ ਐਨ ਟੈਲ ਮੀ ਸਮਥਿੰਗ ਅਬਾਊਟ ਯੋਰ ਸੈਲਫ ਤੁਸੀਂ ਸਮਝ ਕੇ ਆਨਸਰ ਚਾਹੇ ਕੰਨੜ ਵਿੱਚ ਦਿੱਤਾ ਪਰ ਤੂੰ ਸਮਝ ਤਾਂ ਗਈ ਸੀ ਨਾ ਕਿ ਇਟ ਵਾਸ ਅਬਾਊਟ ਯੂ ਦੈਟ ਇਜ਼ ਓਨਲੀ ਰਿਕੁਆਇਰਡ ਕਿਉਂਕਿ ਬਹੁਤ ਸਾਰੇ ਠੇਠ ਪੰਜਾਬੀ ਬੋਲਣ ਵਾਲੇ ਬੱਚੇ ਵੀ ਸਾਡੇ ਕੋਲ ਆਉਂਦੇ ਨੇ ਅਸੀਂ ਜਦੋਂ ਉਹਨਾਂ ਦੀ ਕਮਿਊਨੀਕੇਸ਼ਨ 'ਤੇ ਜ਼ਿਆਦਾ ਕੰਮ ਨਹੀਂ ਕਰਦੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਕੋਈ ਗੱਲ ਨਹੀਂ ਬਹੁਤ ਸਾਰੇ ਕਸਬਿਆਂ ਵਿੱਚ ਪਿੰਡਾਂ ਵਿੱਚ ਤੁਸੀਂ ਹੀ ਰਿਕੁਆਇਰਡ ਹੋ ਤੁਹਾਡੀ ਹੀ ਬੋਲੀ ਚੱਲਣੀ ਹੈ ਇੰਗਲਿਸ਼ ਵਿਲ ਨਾਟ ਵਰਕ ਦੇਅਰ ਰਾਈਟ ਉੱਥੇ ਫਿਰ ਜੋ ਇੰਗਲਿਸ਼ ਬੋਲੀ ਤੇ ਫਿਰ ਕਸਟਮਰਸ ਦਾ ਪੁਆਇੰਟ ਹੋ ਜਾਣਾ ਜੀ ਜੀ ਸੋ ਇਟ ਵਾਸ ਮਾਈ ਲਰਨਿੰਗ ਇਨ ਵਨ ਆਫ ਮਾਈ ਕੰਪਨੀ ਆਈ ਵਰਕ ਦੇ ਉਹ ਕਹਿੰਦੇ ਕਿ ਜਿਵੇਂ ਦਾ ਕਸਟਮਰ ਆ ਉਦਾਂ ਹੀ ਤੁਸੀਂ ਹੋਣੇ ਚਾਹੀਦੇ ਲਾਸਟ ਵਿੱਚ ਯੂ ਨੋ ਆਈ ਵਾਂਟ ਟੂ ਆਸਕ ਦੀ ਫਿਊ ਸਕਸੈਸ ਸਟੋਰੀਜ਼ ਵਿਚ ਆਰ ਵੈਰੀ ਕਲੋਸ ਟੂ ਯਰ ਹਾਰਟ ਫਰੋਮ ਦੀ ਇੰਸਟੀਟਿਊਟ ਦੇ ਆਰ ਮੈਨੀ ਐਂਡ ਰੀਜ਼ਨ ਮੈਨੀ ਕਹਿੰਦਾ ਹੈ ਵੇ ਕਿਉਂਕਿ ਮੈਂ ਬਹੁਤ ਸਾਰਾ ਕੰਮ ਆਪਣੇ ਹੱਥੀ ਬੱਚਿਆਂ ਨਾਲ ਗੱਲਾਂ ਕਰਦੀਆਂ ਨੇ ਬੱਚਿਆਂ ਨੂੰ ਉਹਨਾਂ ਦੀ ਜਰਨੀਜ਼ ਦੇਖੀਆਂ ਨੇ So there was this boy who was laid off from a construction company unne btech civil engineering kiti sigi te oh 26 saala da munda sega 2 saala to construction vich sega just corona start hua he was laid off he was very clear that hun je mainu lay off karta hai I am already engaged probably meri marriage tut jani hai to mainu koi stable growth growing respectable job chahiye I want to go into banking since he was btech it was very easy for him to grasp certain things and in matter of maybe 90 days he got placed in Axis Bank very near to his home and he belonged to Haryana and he was so thankful that once he got married after lockdown he came with his wife that agar ye na hote na hamara rishta toot jata so this was very funny on our end ki somewhere we are also making them stable and getting the respectable jobs and there are many many stories and punjab di kuri sigi badi choti ji badi theth punjabi boldi si and she got rejected for 12 times because of her boli because of her looks bahut sare hr reject kar dende si ki itta banker lagdi nahi hai ta 16 saal di kuri lagdi hai but we kept holding her hand on thoda ja hindi influence vich paya ke thoda ja apni boli nu tilt kar gaya apa and now she is very nicely placed in one of her very good village near moga where she has got 2 promotions in just 1 year
ਸੋ ਜਿਹੜੀ ਕੁੜੀ 12 ਵਾਰੀ ਰਿਜੈਕਟ ਹੋ ਕੇ ਖੜੀ ਸੀ ਤੇ ਅਸੀਂ ਉਹਦੇ ਨਾਲ ਖੜੇ ਸੀ ਵੀ ਨਿਊ ਕਿ ਦੇਅਰ ਇਜ਼ ਅ ਫਿਊਚਰ ਫਾਰ ਹਰ ਸਿੰਸ ਆਫ ਹਰ ਏਜ ਔਰ ਮੇ ਬੀ ਹਰ ਲੁਕਸ ਕਈ ਵਾਰ ਕੋਈ ਜਜਮੈਂਟਲ ਹੋ ਜਾਂਦਾ ਬਟ ਨਾਉ ਸ਼ੀ ਇਜ਼ ਵੈਰੀ ਹੈਪੀ ਸੋ ਮੈਨੀ ਮੈਨੀ ਸੱਚ ਕੇਸਿਸ ਹੂ ਆਰ ਆਰ ਬ੍ਰਾਂਡ ਅੰਬੈਸਡਰਸ ਐਂਡ ਉਹਨਾਂ ਨੂੰ ਅਸੀਂ ਕਿਤੇ ਵੀ ਕਦੀ ਬੁਲਾ ਲਈਏ ਕਹਿ ਲਈਏ ਕਿ ਜਸਟ ਟਾਕ ਅਬਾਊਟ ਅਸ ਤੋ ਦੇ ਆਰ ਵੈਰੀ ਹੈਪੀ ਵੀ ਟੈਲਿੰਗ ਅਬਾਊਟ ਅਸ ਕੋਸ਼ਿਸ਼ ਕੀਤੀ ਜਿਹਦੀ ਕਿ ਬਹੁਤ ਜ਼ਰੂਰਤ ਸੀ ਕਿ ਜੇ ਬੈਂਕਿੰਗ ਦੇ ਵਿੱਚ ਤੁਸੀਂ ਜੋਬ ਚਾਹੁੰਦੇ ਹੋ ਤੇ ਮਿਨੀਮਮ 3 ਮੰਥਸ ਦਾ ਕੋਰਸ ਜਿੱਥੋਂ ਕਿ ਤੁਸੀਂ ਸ਼ੁਰੂ ਕਰ ਸਕਦੇ ਹੋ ਤੁਸੀਂ ਇਸ ਕੋਰਸ ਨੂੰ ਕਰ ਸਕਦੇ ਹੋ ਤੇ ਸਕਸੈਸਫੁਲੀ ਜਿਹੜੀ ਆ ਉਹ ਤੁਸੀਂ ਜੋਬ ਬੈਂਕਿੰਗ ਲਾਈਨ ਦੇ ਵਿੱਚ ਪਾ ਸਕਦੇ ਹੋ ਬਿਕੋਜ਼ ਆਲਰੇਡੀ ਇਹਨਾਂ ਦਾ 100% ਜਿਹੜਾ ਰਿਜ਼ਲਟ ਆ ਆਲਰੇਡੀ ਬੱਚੇ ਬਹੁਤ ਅੱਛੇ ਪਲੇਸ ਹੋਏ ਹੋਏ ਨੇ ਮੈਂ ਇਹਨਾਂ ਨੂੰ ਬਹੁਤ ਸਾਲਾਂ ਤੋਂ ਜਿਹੜਾ ਉਹ ਜਾਣਦੀ ਹਾਂ ਸੋ ਮੈਨੂੰ ਲੱਗਾ ਕਿ ਇਸ ਚੀਜ਼ ਨੂੰ ਆਪਣੇ ਪਲੈਟਫਾਰਮ 'ਤੇ ਲੈ ਕੇ ਆਉਣਾ ਜਿਹੜਾ ਬਹੁਤ ਜ਼ਰੂਰੀ ਹੈ ਆਈ ਹੋਪ ਕਿ ਤੁਸੀਂ ਇਹ ਵਾਲੇ ਇੰਟਰਵਿਊ ਸਪੈਸ਼ਲੀ ਆਈ ਥਿੰਕ ਮੈਂ ਆਪਣੇ 130 ਇੰਟਰਵਿਊ ਵਿੱਚ ਵੀ ਇੱਦਾਂ ਕਿਹਾ ਬਟ ਦਿਸ ਇੰਟਰਵਿਊ ਸ਼ੁੱਡ ਗੋ ਟੂ ਦਾ ਯੂਥ ਆਪਣੇ ਆਸ ਪਾਸ ਜਿਹੜੇ ਬੱਚੇ ਪੜ੍ਹਿਆ ਲਿਖਿਆ ਯੂਥ ਆ ਉਹਨਾਂ ਨੂੰ ਜ਼ਰੂਰ ਇਹ ਇੰਟਰਵਿਊ ਦਿਖਾਓ ਉਹ ਜ਼ਰੂਰ ਅਗਲੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਤਿਆਰੀ ਕਰਨ ਤੇ ਕੋਸ਼ਿਸ਼ ਕਰਨ ਕਿ ਬੈਂਕ ਦੇ ਵਿੱਚ ਉਹਨਾਂ ਦੀ ਜਿਹੜੀ ਆ ਜੋਬ ਲੱਗ ਸਕੇ ਥੈਂਕ ਯੂ ਸੋ ਮਚ ਫੋਰ ਟਾਕਿੰਗ ਟੂ ਮੀ